ਸੋ ਕੈਨੇਡਾ ਨੂੰ ਲੈ ਕੇ 10 ਅਗਸਤ ਦਾ ਇੰਤਜ਼ਾਰ ਤਾਂ ਸਾਰੇ ਸਟੂਡੈਂਟਸ ਔਰ ਕੰਸਲਟੈਂਟਸ ਕਰ ਹੀ ਰਹੇ ਨੇ, ਪਰ ਇੱਥੇ ਸਵਾਲ ਇਹ ਵੀ ਬਣੇ ਹੋਏ ਨੇ ਹੁਣ ਕਿ ਕਿਹੜੇ ਕਿੰਨੇ ਕੁ ਸਰਕਾਰੀ ਕਾਲਜਿਸ ਹੁਣ ਅਵੇਲੇਬਲ ਨੇ ਜਿੱਥੇ ਓਵਰਆਲ 6 ਇੱਕ ਮੋਡਿਊਲ 'ਚ 5.5 ਦੇ ਨਾਲ ਜੋ ਹੈ ਔਫਰ ਲੈਟਰ ਮਿਲ ਰਹੀ ਹੈ, ਨਾਲ ਦੀ ਨਾਲ 2024 ਲਈ ਵੀ ਰਸ਼ ਜੋ ਹੈ ਲਗਾਤਾਰ ਵੇਖਣ ਨੂੰ ਮਿਲ ਰਿਹਾ ਹੈ ਕਿ 2024 ਲਈ ਵੀ ਸਰਕਾਰੀ ਕਾਲਜ ਖੁੱਲ੍ਹ ਚੁੱਕੇ ਨੇ, ਐਡਮਿਸ਼ਨ ਸਟਾਰਟ ਹੋ ਗਈਆਂ ਨੇ। ਬਹੁਤ ਸਾਰੇ ਸਵਾਲ ਤੁਹਾਡੇ ਸਾਰਿਆਂ ਦੇ ਸਾਡੇ ਤੱਕ ਪਹੁੰਚੇ ਹੋਏ ਨੇ, ਕਿਹੜੇ ਕੋਰਸਿਸ ਡਿਮਾਂਡ ਵਿੱਚ ਨੇ ਅੱਗੋਂ ਰਹਿਣ ਵਾਲੇ। ਸੋ ਅੱਜ ਦੀ ਵੀਡੀਓ ਵਿੱਚ ਬਹੁਤ ਹੀ ਖਾਸ ਗੱਲਾਂ ਕੈਨੇਡਾ ਨੂੰ ਲੈ ਕੇ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨੀਆਂ, ਜਿੰਨੇ ਵੀ ਸਵਾਲ ਸਾਡੇ ਤੱਕ ਸਟੂਡੈਂਟਸ ਦੇ ਅਕਸਰ ਪਹੁੰਚਦੇ ਨੇ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ ਅਤੇ ਅੱਜ ਇਹ ਸਾਰੀ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਪ੍ਰੋਗਰਾਮ ਦੇ ਅੱਜ ਦੀ ਵੀਡੀਓ ਦੀ ਸ਼ੁਰੂਆਤ ਵਿੱਚ ਹੀ ਮੈਂ ਦੱਸ ਦਵਾਂ ਕਿ ਨੈਵੀਗੇਟਰ ਓਵਰਸੀਜ਼ ਤਕਰੀਬਨ 26-27 ਸਾਲ ਪੁਰਾਣੀ ਕੰਪਨੀ ਹੈ, ਔਰ ਮੈਮ ਨੇ ਬਹੁਤ ਸਾਰੇ ਸਟੂਡੈਂਟਸ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕੀਤਾ ਹੈ। ਜੈਨੂਅਨ ਸਲਾਹ ਦੇ ਨਾਲ, ਜੈਨੂਅਨ ਤਰੀਕੇ ਨਾਲ ਅਪਲਾਈ ਕਰਵਾਉਂਦੇ ਨੇ ਸਟੂਡੈਂਟਸ ਨੂੰ, ਅਤੇ ਚੰਗੀ ਆਪਸ਼ਨਸ ਦੇ ਨਾਲ ਉਹਨਾਂ ਦਾ ਸੁਪਨਾ ਸਾਕਾਰ ਕਰਨ ਵਿੱਚ ਉਹਨਾਂ ਦੀ ਮਦਦ ਕਰਦੇ ਨੇ। ਸੋ ਇਸ ਲਈ ਅਸੀਂ ਅੱਜ ਇਨਵਾਈਟ ਕੀਤਾ ਖਾਸ ਤੌਰ 'ਤੇ ਮੈਮ ਨੂੰ। ਸੋ ਮੈਮ, ਸਭ ਤੋਂ ਪਹਿਲਾਂ ਜਦੋਂ ਆਪਾਂ ਗੱਲ 10 ਅਗਸਤ ਦੀ ਕਰਦੇ ਹਾਂ, ਹਰ ਕਿਸੇ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ 10 ਅਗਸਤ ਦਾ, ਅਤੇ ਆਪਾਂ ਅਗਰ ਕੈਨੇਡਾ ਨੂੰ 10 ਅਗਸਤ ਨਾਲ ਜੋੜ ਕੇ ਵੇਖਦੇ ਹਾਂ ਤਾਂ ਕਿਸ ਤਰ੍ਹਾਂ ਦਾ ਐਡਮਿਸ਼ਨ ਟ੍ਰੈਂਡ ਹੁਣ ਦੇ ਸਮੇਂ ਵਿੱਚ ਨਜ਼ਰ ਆ ਰਿਹਾ ਹੈ? ਕਿੰਨੀ ਕੁ ਐਕਸਾਈਟਮੈਂਟ ਤਾਂ ਚਲੋ ਸਟੂਡੈਂਟਸ ਦੇ ਵਿੱਚ ਵੀ ਹੈ, ਕੰਸਲਟੈਂਟਸ ਦੇ ਮਨ ਵਿੱਚ ਵੀ ਹੈ, ਤਾਂ ਹੁਣ ਦਾ ਐਡਮਿਸ਼ਨ ਟ੍ਰੈਂਡ ਕਿਵੇਂ ਦਾ ਚੱਲ ਰਿਹਾ? ਹਰਜੋਤ, ਇੱਦਾਂ ਹੈ ਕਿ ਦੇਖੋ, ਜਿਹੜਾ ਪੀਟੀ, ਟੋਫਲ, ਸੈਲਪੇਪ, ਇਹ ਸਾਰੇ ਟੈਸਟ ਆਇਲਟਸ ਦੇ ਨਾਲ ਐਕਸੈਪਟ ਹੋਏ ਆ, 10th ਅਗਸਤ ਤੋਂ ਇੰਪਲੀਮੈਂਟ ਹੋਣਗੇ ਜੀ, ਰਾਈਟ? ਅਤੇ ਉਹਦੇ ਵਿੱਚ ਨੈਚੁਰਲ ਹਰ ਬੱਚੇ ਨੂੰ ਇੰਤਜ਼ਾਰ ਹੈ, ਕਿਉਂਕਿ ਇਸ ਟਾਈਮ ਪੀਟੀ ਦੇ ਵਿੱਚ ਥੋੜ੍ਹਾ ਜਿਹਾ ਸਕਸੈਸ ਰੇਟ ਘਟਿਆ ਹੋਇਆ, ਲੇਕਿਨ 10th ਅਗਸਤ ਕਿਉਂਕਿ ਓਫੀਸ਼ੀਅਲੀ ਐਕਸੈਪਟ ਹੋ ਜਾਏਗੀ ਲੈਂਗੁਏਜ, ਅਤੇ ਨੈਚੁਰਲ ਹੈ ਕਿ ਉਸ ਟਾਈਮ ਵੀਜ਼ਾ ਸਕਸੈਸ ਰੇਟ ਕਾਫੀ ਆਏਗਾ। ਲੇਕਿਨ ਪੀਟੀ ਦਾ ਜਿਹੜਾ ਐਕਸੈਪਟਿਡ ਸਕੋਰ, ਜਿਹੜਾ SDS ਵਾਸਤੇ ਮੰਨਿਆ ਜਾਏਗਾ, ਜਿੱਥੇ ਤੱਕ ਸਾਡੇ ਕੋਲ ਹਜੇ ਤੱਕ ਨਿਊਜ਼ ਆਈ ਹੈ, ਬਿਕਾਜ਼ ਅਜੇ 10th ਅਗਸਤ ਆਇਆ ਨਹੀਂ ਹੈ, ਕਿ 60 ਨੋਟ ਲੈਸ ਦੈਨ 55 ਸਕੋਰ ਦਾ ਜਿਹੜਾ ਐਕਸੈਪਟਿਡ ਸਕੋਰ ਹੈ। ਬਟ PT ਥੋੜ੍ਹਾ ਜਿਹਾ ਸੌਖਾ ਹੈ ਜਿਨ੍ਹਾਂ ਨੇ ਬੱਚਿਆਂ ਨੇ ਕੰਪਿਊਟਰ ਦੀ ਪ੍ਰੈਕਟਿਸ ਹੈ, ਕਿਉਂਕਿ ਅੱਜ ਕੱਲ੍ਹ ਬੱਚੇ ਜਿਹੜੇ ਹੈ ਵਟਸਐਪ ਚੈਟ ਜਾਂ ਕੁਛ ਵੀ ਕਰਕੇ ਉਹਨਾਂ ਦੀ ਟੈਕਸਟਿੰਗ ਪ੍ਰੈਕਟਿਸ ਬਹੁਤ ਅੱਛੀ ਹੈ, ਅਤੇ PT ਉਹਨਾਂ ਨੂੰ ਥੋੜ੍ਹਾ ਜਿਹਾ ਸੌਖਾ ਲੱਗਦਾ, ਅਤੇ ਉਹਦੇ ਨਾਲ ਟੋਫਲ ਵੀ ਐਕਸੈਪਟਿਡ ਹੈ, ਸੈਲਪੀਪ ਵੀ ਐਕਸੈਪਟਿਡ ਹੈ, ਅਤੇ ਇਹ 10th ਅਗਸਤ ਤੋਂ ਆਫੀਸ਼ੀਅਲੀ ਇੰਪਲੀਮੈਂਟਿਡ ਹੈ। ਦੈਟ ਮੀਨਸ ਜੈਨ ਇਨਟੇਕ ਵਾਸਤੇ ਜਿਹੜੇ ਬੱਚੇ ਫਾਈਲਾਂ ਲਗਾ ਰਹੇ ਹੈ 10th ਅਗਸਤ ਤੋਂ, ਉਹ ਸਾਰੇ ਟੈਸਟ ਜਿਹੜੇ ਆ ਹੁਣ ਐਕਸੈਪਟਿਡ ਹੈ ਜੀ। ਮੈਮ ਚਲੋ ਠੀਕ ਹੈ, ਆਪਾਂ ਹੁਣ ਆਇਲਸ ਦੀ ਵੀ ਗੱਲ ਕਰੀਏ। ਦੇਖੋ, ਵੱਡਾ ਸਵਾਲ ਤਾਂ ਓਵਰਆਲ 6 ਇੱਕ ਮੋਡਿਊਲ 'ਚ 5.5 ਵਾਲਿਆਂ ਲਈ ਬਣਿਆ ਹੋਇਆ ਕਿ 10 ਅਗਸਤ ਤੋਂ ਬਾਅਦ ਕੀ ਬਣੇਗਾ, ਜਿਵੇਂ ਨੋਨ SDS ਤੋਂ ਬਾਅਦ SDS ਦੇ ਵਿੱਚ ਜਾਣਗੇ ਸਟੂਡੈਂਟਸ, ਤਾਂ ਇੱਥੇ ਮੈਂ ਹੁਣ ਜੋ ਸਵਾਲ ਸਟੂਡੈਂਟਸ ਦਾ ਵੀ ਹੈ ਵੀ ਕਿਹੜੇ ਕਿਹੜੇ ਸਰਕਾਰੀ ਕਾਲਜ ਨੇ ਜਿੱਥੋਂ ਹੁਣ ਔਫਰ ਲੈਟਰ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਸਟੂਡੈਂਟਸ ਨੂੰ? ਇੱਥੇ ਤਾਂ ਬਹੁਤ ਸਾਰੇ ਲਿਸਟ ਆਫ ਕਾਲਜਿਸ ਹੈ, ਇੱਕ ਦੋ ਨਹੀਂ, ਮਤਲਬ ਬਹੁਤ ਸਾਰੇ ਕਾਲਜ ਜਿਹੜੇ 6 ਬੈਂਡ ਨੋਟ ਲੈਸ ਦੈਨ 5.5 ਤੋਂ ਸ਼ੁਰੂ ਤੋਂ ਹੀ ਦੇ ਰਹੇ ਆਫਰ ਲੈਟਰ ਜੀ ਜੀ, ਅਤੇ ਉਹਦਾ ਤਾਂ ਕੋਈ ਰੋਲਾ ਹੀ ਨਹੀਂ ਹੈ, ਜਿੰਨੇ ਮਰਜ਼ੀ ਬੱਚੇ ਜਿਹੜੇ ਆ। ਇਹ ਹੈ ਕਿ ਸੀਟਾਂ ਜਿਹੜੇ ਖਤਮ ਹੋ ਜਾਂਦੀਆਂ ਉਹ ਅਲੱਗ ਗੱਲ ਹੈ, ਅਦਰਵਾਈਜ਼ ਕਾਲਜ ਜਿਹੜੇ ਸਰਕਾਰੀ ਕਾਲਜ ਤੇ ਬਹੁਤ ਸਾਰੇ ਕਾਲਜਿਸ ਜਿਹੜੇ ਐਕਸੈਪਟ ਕਰਦੇ ਆ। ਇਨਫੈਕਟ ਪਹਿਲੇ ਤਾਂ ਸਾਰੇ ਹੀ ਕਾਲਜਿਸ ਐਕਸੈਪਟ ਕਰਦੇ ਸੀਗੇ ਜੀ ਜੀ, ਫਿਰ SDS ਦੀ ਜਿਹੜੀ ਰਿਕੁਆਇਰਮੈਂਟ ਸੀ 6 ਬੈਂਡ ਈਚ, ਇਸ ਕਰਕੇ ਕਾਫੀ ਸਾਰੇ ਕਾਲਜਿਸ ਨੇ ਸੋਚਿਆ ਕਿ ਸਾਡੇ, ਕਿਉਂਕਿ ਉਹਨਾਂ ਦੇ ਕੋਲ ਐਡਮਿਸ਼ਨ ਦਾ ਨੰਬਰ ਬਹੁਤ ਜ਼ਿਆਦਾ ਰਹਿੰਦਾ ਸੀਗਾ, ਅਤੇ ਉਹਨਾਂ ਨੇ ਜਿਹੜਾ SDS ਦੇ ਉੱਪਰ ਹੀ ਧਿਆਨ ਦਿੱਤਾ, ਨੋਨ SDS ਉੱਪਰ ਨਹੀਂ। ਅਤੇ ਹੁਣ ਜਦ ਇਹ ਫਿਰ ਤੋਂ SDS ਆ ਰਿਹਾ ਬਾਈ ਚਾਂਸ 10th ਅਗਸਤ ਨੂੰ ਪਤਾ ਚੱਲੇਗਾ ਜੀ, ਅਤੇ ਉਹਦੇ ਵਿੱਚ ਕੀ ਹੈ, ਵੈਸੇ ਹੀ ਕਾਲਜ ਬਹੁਤ ਜ਼ਿਆਦਾ ਪਹਿਲੇ ਤੋਂ ਹੀ ਐਕਸੈਪਟ ਕਰ ਰਹੇ ਆ ਜੀ। ਠੀਕ ਹੈ, ਬਿਲਕੁਲ। ਅਤੇ ਆਪਾਂ ਜਿਵੇਂ ਦੇਖ ਰਹੇ ਹਾਂ ਕਿ ਸਪਟੰਬਰ ਇਨਟੇਕ ਤਾਂ ਆਲਮੋਸਟ ਫੁੱਲ ਹੀ ਨਜ਼ਰ ਆ ਰਿਹਾ, ਅਤੇ ਜਿਹੜਾ 10 ਅਗਸਤ ਵਾਲਾ ਅਪਡੇਟ ਜਦੋਂ ਐਪਲੀਕੇਬਲ, ਜਦ ਨਵੇਂ ਰੂਲਸ ਹੋ ਜਾਣਗੇ, ਤਾਂ ਉਹ ਐਪਲੀਕੇਬਲ ਪ੍ਰੋਫਾਈਲਸ ਜਿਹੜੀਆਂ ਨੇ ਜਨਵਰੀ 2024 'ਤੇ ਹੈ ਪੂਰਾ ਫੋਕਸ ਕਰ ਰਹੀਆਂ ਨੇ, ਤਾਂ ਕਿੰਨਾ ਕੁ ਰਸ਼ ਹੁਣੇ ਤੋਂ ਜਨਵਰੀ 2024 ਇਨਟੇਕ ਲਈ ਨਜ਼ਰ ਆ ਰਿਹਾ? ਹਰਜੋਤ, ਦੇਖੋ ਤੁਸੀਂ ਕਿ ਰਸ਼ ਦੀ ਗੱਲ ਕਹੋ ਤਾਂ ਮੇਰੇ ਖਿਆਲ ਇੰਡੀਆ 'ਚ ਇਸ ਟਾਈਮ ਬੱਚਾ ਬਹੁਤ ਹੀ ਘੱਟ ਰਹਿਣਾ ਚਾਹ ਰਿਹਾ। ਤੁਸੀਂ ਨੰਬਰ ਆਫ ਐਪਲੀਕੇਸ਼ਨਸ ਦੇਖੋ, ਅੰਬੈਸੀਆਂ ਦਾ ਦੇਖੋ ਕਿੰਨਾ ਵਰਕਲੋਡ ਹੈ, ਚਾਹੇ ਆਸਟ੍ਰੇਲੀਅਨ ਅੰਬੈਸੀ ਹੋਏ, ਚਾਹੇ ਕੈਨੇਡੀਅਨ ਹੋਏ, ਚਾਹੇ UK ਹੋਏ, ਚਾਹੇ ਨਿਊਜ਼ੀਲੈਂਡ ਹੋਏ, ਹਰ ਅੰਬੈਸੀ ਦੇ ਵਿੱਚ ਇੰਨਾ ਕੁ ਰਸ਼ ਹੈ ਕਿ ਉਹਨਾਂ ਨੂੰ ਡਿਸੀਜ਼ਨ ਦੇਣ 'ਚ ਟਾਈਮ ਲੱਗ ਰਿਹਾ, ਔਰ ਕੈਨੇਡਾ ਸਭ ਤੋਂ ਫਾਸਟੈਸਟ ਅਜੇ ਡਿਸੀਜ਼ਨ ਦੇ ਰਹੀ ਹੈ, ਅਤੇ ਇਹਨਾਂ ਦੇ ਕੋਲ ਰਸ਼ ਬਹੁਤ ਜ਼ਿਆਦਾ। ਕਾਲਜਿਸ ਦੀ ਸੀਟਾਂ ਦੇਖੋ, ਜਨਵਰੀ ਦੇ ਵੀ ਬਹੁਤ ਸਾਰੇ ਕੋਰਸਿਸ ਆ ਜਿਹੜੇ ਖਤਮ ਹੋ ਚੁੱਕੇ ਆ। ਅੱਛਾ, ਮੈਂ ਇੱਕ ਇਸ ਸ਼ੋਅ ਦੇ ਥਰੂ ਤੁਹਾਨੂੰ ਇੱਕ ਅੱਛੀ ਨਿਊਜ਼ ਦਿੰਦੀ ਹਾਂ ਕਿ ਜਿਹੜੇ ਬੱਚੇ ਨਰਸਿੰਗ ਵਿੱਚ ਜਾਣਾ ਚਾਹੁੰਦੇ, ਹੈਲਥ ਵਾਲੇ, ਜ਼ਿਆਦਾਤਰ ਕੈਨੇਡਾ ਇਸ ਕਰਕੇ ਨਹੀਂ ਅਪਲਾਈ ਕਰ ਸਕਦੇ, ਕਿਉਂਕਿ
उन्हां नूं मैथ दी रिक्वायरमेंट है, बट साडे कोल ओह वी कॉलेजिज़ है जिहड़े विदाउट मैथ नर्सिंग दे विच, ओह वी गवर्नमेंट कॉलेजिज़ है, तुहानूं विदाउट मैथ एडमिशन दे रहे हैं। ठीक है, बिल्कुल। सो इस नूं लैके भी तुहाडा कोई सवाल होवे तां नंबर जिहड़ा डिस्प्ले इज़ उप्पर तुसीं कॉल करके जरूर नैविगेटर्स ओवरसीज़ दी टीम दे नाल टाइमली कॉन्टैक्ट करो तां कि तुसीं टाइमली अपलाई कर सको सही प्रोसीजर दे नाल। ते आपां मैडम होर कोर्सिज दी वी जेकर गल करिए आने वाले समय दे विच किस तरह के कोर्सिज़ नूं तुसीं डिमांड विच वेख रहे हो, और दूसरी आपां अगर प्रोफाइल्स दी गल करिए हुण ओवरऑल देखिए तो हर तरह की प्रोफाइल लई ही कैनेडा लीनियंट नज़र आ रहा, पर फिर भी एक कहंदे ने ना कि परफेक्ट मैच वाली प्रोफाइल ते ही वीज़ा हमेशा लगता है। किस तरह की प्रोफाइल्स नूं बेस्ट सुटेबल कहंदे हो कि यह प्रोफाइल है इस तरह का सही मैच है तो उसका वीज़ा लगने के चांसिज काफ़ी ज़्यादा नज़र आते हैं? देखो हरजोत, इस टाइम थोड़ा जा लीनियंट है कैनेडा, और मेरे को चार चार पाँच पाँच बाहर के जो रिफ्यूजल बच्चे उन्होंने वीज़ा असं लैके आए हैं। अदरवाइज गल करिए उन्होंने भी वीज़े क्यों आए हैं, क्योंकि जोड़ा पिछला कंसल्टेंट सेगा उन्हें काम नहीं ठीक किया फाइल पर, क्योंकि हमेशा जिहड़ा पिछला कोर्स है उहदे नाल मैचिंग अगला कोर्स दिता जांदा, उहदे विच मतलब की तुहाडी नॉलेज दे विच तुसी नॉलेज गेन कर रहे हो नैक्सट कोर्स करके। जे तुसी मन लो हुण इत्थे भी डिप्लोमा कर लिया उत्थे भी डिप्लोमा सेम कर रहे हो, आई डोंट थिंक कि तुहाडी कोई नॉलेज दे विच तुसी कुछ गेन कर रहे हो। तो यह टैक्निकल चीज़ों का ध्यान रखना पैंदा है कि तुहाडा जिहड़ा एक्सपीरियंस किस चीज़ का है, किस तो या तो एक्सपीरियंस तो रिलेटिड तुसी कोर्स लोगे, बिल्कुल, या तुसी फिर जिहड़ा पिछला किया होया उहदे रिलेशन दे विच जिहड़ी फर्दर प्रोग्रेस कहिंदे कि फर्दर प्रोग्रेस हो रही है साडी पढ़ाई दे विच उहो जिहा कोर्स लै रहे हो, या कोर्सिज जिहड़े लै रहे हो जिहदा कैरियर बहुत अच्छा है जिहदे विच तुहानूं जिहड़ा रिटर्न ऑन इनवैसटमेंट मिल रहा है, जे एम्बेसी सैटिस्फाइड है कि ये कोर्स करके बच्चे नूं वाकई च जिहड़ा रिटर्न ऑन इनवैसटमेंट है, ਤੁਸੀਂ ਸਮਝੋ ਕਿ $18,000 ਫੀਸ ਲਗਾਈ ਜਾਂ $17,000 ਫੀਸ ਲਗਾਈ, $10,200 ਤੁਸੀਂ GIC ਦੇ ਵੀ ਦਿੱਤੇ ਹੈ, ਔਰ 2 ਸਾਲ ਅੰਡਰ ਗ੍ਰੈਡ ਬੱਚੇ ਨੇ ਪੜ੍ਹਨਾ, PG ਵਾਲੇ ਬੱਚੇ ਨੇ ਵੀ 1 ਜਾਂ 2 ਸਾਲ ਦਾ ਕੋਰਸ ਲੈਣਾ, ਤੁਸੀਂ ਇੰਨਾ ਪੈਸਾ ਲਾ ਰਹੇ ਹੋ ਅਤੇ ਤੁਹਾਨੂੰ ਉਹਦਾ ਰਿਟਰਨ ਕੀ ਮਿਲੇਗਾ? ਅਤੇ ਉਸ ਤੋਂ ਸੈਟਿਸਫਾਈ ਜਾਂ ਕੋਰਸ ਕਰਕੇ ਤੁਹਾਡਾ ਇੰਪਲੀਮੈਂਟ ਹੁੰਦਾ ਫਿਊਚਰ ਦੇ ਵਿੱਚ ਨੈਚੁਰਲ ਹੈ, ਤੁਹਾਡਾ ਵੀਜ਼ਾ ਚਾਂਸਿਸ ਬਹੁਤ ਜ਼ਿਆਦਾ ਹੈ, ਮੀਨਸ ਆਲਮੋਸਟ ਤੁਹਾਡਾ 99% ਜਾਂ 100% ਦੀ ਤਰ੍ਹਾਂ ਵੀਜ਼ਾ ਚਲਾ ਜਾਂਦਾ। जी 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 बिल्कुल। सो स्टूडेंट्स इन्हां सारियां गल्लां दा ध्यान जरूर रखण, पर फिर भी अखीर दे विच कुछ होर चीज़ां मैं दसूंगी। टेक्निकली की हुंदा, एक ते कोर्स मैचिंग हो गया जी, सैकेंड की है कि बच्चे दी परसेंटेज, मान लो जिहड़े सब्जेक्ट दे विच परसेंटेज घट है और तुसीं ओही सब्जेक्ट अगे लै रहे हो, मीनस ओही कोर्स उसदे रिलेटिड, फिर तुहाडे वीज़ा दे चांसिस बहुत घट हुंदे आ। ਜਿਹਦੇ ਵਿੱਚ ਤੁਹਾਡੀ ਪਰਸੈਂਟੇਜ, ਮੰਨ ਲਓ ਬਿਜ਼ਨਸ ਸਟੱਡੀਜ਼ ਦੇ ਵਿੱਚ ਤੋਂ ਬਿਜ਼ਨਸ ਦੇ ਕੋਰਸ 'ਚ ਤੁਸੀਂ ਤੁਹਾਡੀ ਪਰਸੈਂਟੇਜ ਅੱਛੀ ਹੈ ਔਰ ਅੱਗੇ ਜਾ ਕੇ ਤੁਸੀਂ ਬਿਜ਼ਨਸ ਦਾ ਲੈ ਰਹੇ ਹੋ, ਤੁਹਾਡੇ ਵੀਜ਼ਾ ਚਾਂਸਿਸ ਬਹੁਤ ਜ਼ਿਆਦਾ ਹੈ। ਇੱਦਾਂ ਹੀ ਤੁਹਾਡੇ ਨੋਨ ਮੈਡੀਕਲ ਦੇ ਵਿੱਚ ਮੈਥ ਦੇ ਅੱਛੇ ਹੈ ਤੁਹਾਡੇ ਜੀ, ਐਂਡ ਤੁਸੀਂ IT ਲੈ ਰਹੇ ਹੋ ਜਾਂ ਇੰਜੀਨੀਅਰਿੰਗ ਦਾ ਕੁਛ ਵੀ ਲੈ ਰਹੇ ਹੋ ਸਬਜੈਕਟਸ, ਤਾਂ ਤੁਹਾਡੇ ਵੀਜ਼ਾ ਚਾਂਸਿਸ ਬਹੁਤ ਅੱਛੇ, ਡਿਪੈਂਡ ਕਰਦਾ। ਇਸ ਕਰਕੇ ਇਹ ਨਹੀਂ ਹੈ ਕਿ ਤੁਸੀਂ ਕਿਸੇ ਦੇ ਕੋਲ ਵੀ ਚਲੇ ਗਏ ਤੁਹਾਡਾ ਵੀਜ਼ਾ ਲੱਗ ਜਾਏਗਾ, ਫਿਰ ਤੁਸੀਂ ਵੀਜ਼ਾ ਰਿਜੈਕਟ ਕਰਕੇ ਸਾਡੇ ਕੋਲ ਆਉਂਦੇ ਹੋ, ਫਿਰ ਸਾਹਮਣਾ ਕੇਸ ਬਹੁਤ ਮੁਸ਼ਕਲ ਹੁੰਦਾ। ਮੀਨਸ ਸ਼ੁਰੂ ਵਿੱਚ ਹੀ ਕੇਸ ਠੀਕ ਬਣੇ, ਮੈਨੂੰ ਕੰਮ ਕਰਦੇ 26 ਈਅਰਸ ਹੋ ਗਏ, ਉਹਦੇ ਵਿੱਚ ਪਤਾ ਨਹੀਂ ਕਿੰਨਾ ਹੀ ਬੱਚਿਆਂ ਦਾ ਅਸੀਂ ਵੀਜ਼ਾ ਕਰਾ ਚੁੱਕੇ ਹਾਂ, ਔਰ ਜਿਹੜੀ ਫਾਈਲ ਲੈਂਦੇ ਉਹਨੂੰ ਬਹੁਤ ਇਮਾਨਦਾਰੀ ਨਾਲ ਬਹੁਤ ਓਨੈਸਟੀ ਨਾਲ ਉਸ ਫਾਈਲ 'ਤੇ ਵਰਕ ਹੁੰਦਾ, ਫਿਰ ਜਾ ਕੇ ਵੀਜ਼ਾ ਲੱਗਦਾ। ਬਿਲਕੁਲ ਸਹੀ ਤੁਸੀਂ ਗੱਲ ਕਹੀ ਹੈ। ਸੋ ਇੰਨੇ ਸਾਲਾਂ ਦੇ ਸਫ਼ਰ ਦੇ ਨਾਲ, ਇੰਨੇ ਸਾਲਾਂ ਦੇ ਤਜ਼ਰਬੇ ਦੇ ਨਾਲ ਹੀ ਇਹ ਗੱਲਾਂ ਤੁਹਾਨੂੰ ਸਮਝਾ ਰਹੇ ਨੇ ਮੈਮ, ਅਤੇ ਤੁਸੀਂ ਜ਼ਰੂਰ ਸਟੂਡੈਂਟਸ ਇਹਨਾਂ ਗੱਲਾਂ 'ਤੇ ਫੋਕਸ ਕਰੋ ਔਰ ਧਿਆਨ ਦਿਓ ਆਪਣੀ ਪ੍ਰੋਫਾਈਲ ਦੇ ਉੱਪਰ, ਸੋ ਤੁਹਾਨੂੰ ਖੁਦ ਵੀ ਅਵੇਅਰ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਅਸੀਂ ਇਹਨਾਂ ਵੀਡੀਓਜ਼ ਦੇ ਜ਼ਰੀਏ ਟਾਈਮਲੀ ਸਹੀ ਇਨਫੋਰਮੇਸ਼ਨ ਚੰਗੇ ਕੰਸਲਟੈਂਸੀ ਜ਼ੁਬਾਨੀ ਤੁਹਾਡੇ ਨਾਲ ਸਾਂਝੀ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਦੇ ਹਾਂ। ਕੋਈ ਸਵਾਲ ਹੈ, ਕੋਈ ਡਾਊਟ ਹੈ, ਇਸ ਨੰਬਰ 'ਤੇ ਕਾਲ ਜ਼ਰੂਰ ਕਰੋ, ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਆਪਣੇ ਸਵਾਲ ਸਾਡੇ ਨਾਲ ਜ਼ਰੂਰ ਸ਼ੇਅਰ ਕਰ ਸਕਦੇ ਹੋ, ਤਾਂ ਕਿ ਅੱਗੋਂ ਵੀ ਅਸੀਂ ਉਹਨਾਂ ਸਵਾਲਾਂ ਦੇ ਉੱਪਰ ਹੋਰ ਵੀਡੀਓਜ਼ ਬਣਾਈਏ ਅਤੇ ਹੋਰ ਸਟੂਡੈਂਟਸ ਨੂੰ ਅਵੇਅਰ ਵੀ ਕਰ ਸਕੀਏ। ਬਹੁਤ ਬਹੁਤ ਥੈਂਕਸ ਮੈਮ ਕਿ ਤੁਸੀਂ ਇਹ ਪੂਰੀ ਸਹੀ ਇਨਫੋਰਮੇਸ਼ਨ ਔਰ ਖਾਸ ਪੁਆਇੰਟਸ ਜੋ ਹੈ ਅੱਜ ਸਟੂਡੈਂਟਸ ਨਾਲ ਸਾਂਝੇ ਕੀਤੇ ਨੇ, ਅਤੇ ਅੱਗੋਂ ਵੀ ਅਸੀਂ ਸਟੂਡੈਂਟਸ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਲਈ ਸਾਨੂੰ ਦਿਓ ਜੀ ਇਜਾਜ਼ਤ, ਧੰਨਵਾਦ।